ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਪ੍ਰੀਤ ਸਿੰਘ ਆ। ਮੇਰੇ ਬਚਪਨ ਤੋਂ ਹੀ ਫਾਦਰ ਦੀ ਡੈਥ ਹੋ ਗਈ ਸੀ। ਮੈਂ ਉਦੋਂ 8 ਸਾਲ ਦਾ ਸੀ ਜਦੋਂ ਪਾਪਾ ਦੀ ਡੈਥ ਹੋ ਗਈ। ਮੈਂ ਥੋੜ੍ਹਾ ਜਿਹਾ ਵੱਡਾ ਹੋਇਆ ਅਤੇ ਮੰਮਾ ਪਹਿਲਾਂ ਸ਼ਹੀਦਾਂ ਸਾਹਿਬ ਦਿਹਾੜੀ ਲਾਉਂਦੇ ਸੀ ਲੰਗਰ ਹਾਲ 'ਚ, ਅਤੇ ਫਿਰ ਆਪਾਂ ਆਹ ਵਾਲਾ ਮੰਮਾ ਨੂੰ ਕਿਹਾ ਮੰਮਾ ਤੁਸੀਂ ਰਹਿਣ ਦਿਉ, ਅਸੀਂ ਇੱਕ ਛੋਟਾ ਜਿਹਾ ਕੰਮ ਕਰਦੇ ਹਾਂ। ਆਪਾਂ ਫਿਰ ਮੋਮਸ ਚਾਂਪ ਦਾ ਫਾਸਟ ਫੂਡ ਦਾ ਕੰਮ ਕੀਤਾ ਭਾਅ ਜੀ। ਆਪਣੇ ਕੋਲ ਭਾਅ ਜੀ ਚਾਂਪ ਹੁੰਦੀ ਆ, ਤੰਦੂਰੀ ਡੋਲ ਹੁੰਦੇ ਆ, ਮੋਮਸ ਹੁੰਦੇ ਆ, ਸਵੀਟ ਕੋਰਨ ਹੁੰਦੇ ਆ, ਅਤੇ ਚਾਂਪ ਹੁੰਦੀ ਆ, ਗਰਿਲ ਸੈਂਡਵਿਚ, ਬਰਗਰ। ਮੈਂ ਭਾਅ ਜੀ ਸਕੂਲ ਜਾਣਾ 8:30-8 ਵਜੇ, 2 ਵਜੇ ਜਾਂਦਾ, 2 ਵਜੇ ਤੋਂ ਬਾਅਦ ਫਿਰ ਮੈਂ ਸਮਾਨ ਲੈਣ ਜਾਂਦਾ ਹਾਂ। ਜਿਹੜਾ ਮਾੜਾ ਮੋਟਾ ਸਮਾਨ ਆ ਮੰਮਾ ਬਣਾ ਦਿੰਦੇ, ਮੋਮੋਸ ਹੋ ਗਏ, ਚਟਨੀ ਹੋ ਗਏ। ਬਹੁਤ ਤਰ੍ਹਾਂ ਦੀਆਂ ਮੁਸ਼ਕਲਾਂ ਸੀ ਸਰ ਸਾਡੇ ਕੋਲ, ਆਪਾਂ ਘਰ ਦਾ ਗੁਜ਼ਾਰਾ ਕਰਨਾ ਸੀ, ਅਤੇ ਆਪਾਂ ਸਾਡੀ ਵੀਰ ਜੀ ਆ ਕੰਧ ਵੀ ਡਿੱਗੀ ਸੀ, ਆਹ ਵਾਲੀ ਕੰਧ ਵੀ ਡਿੱਗੀ ਸੀ, ਅਤੇ ਫਿਰ ਵੀਰੇ ਨੇ ਕਿਸੇ ਤੋਂ ਪੈਸੇ ਫੜ ਫੁੜ ਕੇ, ਅਤੇ ਉਹਨਾਂ ਨੇ ਕਿਹਾ ਆਹ ਵਾਲਾ ਆਪਾਂ ਕੰਮ ਕਰਦੇ ਹਾਂ। ਦੀ ਉਮਰ ਵਿੱਚ ਯਾਰ ਬੱਚੇ ਖੇਡਦੇ ਨੇ, ਸ਼ਰਾਰਤਾਂ ਕਰਦੇ ਨੇ, ਤੁਸੀਂ ਮਿਹਨਤ ਕਰਦੇ ਹੋ, ਕਿੱਥੋਂ ਇਹ ਚੀਜ਼ ਦਾ ਥੋੜ੍ਹਾ? ਇਹ ਭਾਅ ਜੀ ਫਿਰ ਘਰ ਦੇ ਹਾਲਾਤ ਥੋੜ੍ਹੇ ਜਿਹੇ ਵਿਗੜ ਗਏ ਸੀ, ਆ ਫਿਰ ਖੇਡਣ ਨਾਲ ਧਿਆਨ ਵੀ ਨਹੀਂ ਜਾਂਦਾ, ਛੱਡੋ ਪਤਾ ਖੇਡਣਾ ਕੀ, ਇਹੀ ਖੇਡ ਹੈਗੀ ਆ। ਤੰਦੂਰੀ ਰੋਲ ਹੁੰਦੇ ਆ, ਮੋਮੋਸ ਹੁੰਦੇ ਆ, ਬਰਗਰ ਹੁੰਦੇ, ਸੈਂਡਵਿਚ, ਚਾਂਪ ਹੁੰਦੀਆਂ, ਇੱਕ ਕਰੀ ਆਓ, ਤੁਸੀਂ ਜ਼ਰੂਰ ਖਾਓ, ਜੇ ਤੁਹਾਨੂੰ ਨਹੀਂ ਸਵਾਦ ਲੱਗਦਾ ਬੇਸ਼ੱਕ ਪੈਸੇ ਨਾ ਦਿਓ। ਐਡਰੈਸ ਸਾਡਾ ਹੈਗਾ ਭਾਅ ਜੀ ਸੁਲਤਾਨਵਿੰਡ ਰੋਡ, ਪੁਰਾਣੀ ਚੁੰਗੀ, ਗੋਬਿੰਦ ਨਗਰ, ਨੀਅਰ ਗਗਨ ਮੈਡੀਕਲ ਸਟੋਰ ਦੇ ਲਾਗੇਗਾ। ਸਾਡੀ ਭਾਅ ਜੀ ਸ਼ੋਪ 6 ਵਜੇ ਖੁੱਲ੍ਹਦੀ ਆ, ਅਤੇ 11 ਵਜੇ ਆਪਾਂ ਬੰਦ ਕਰਕੇ। ਇਹ ਭਾਅ ਜੀ ਸਾਡੀ ਅਮੂਲ ਦੀ ਫਰੈਸ਼ ਕਰੀਮ ਆ, ਫਰੈਸ਼ ਲਿਆਈ ਦੀ ਆ, ਕਈ ਐਕਸਪੈਰੀ ਵਰਤਦੇ ਆ, ਦੇਖ ਲਓ ਭਾਅ ਜੀ ਡੇਟ ਵੇਖ ਲਓ ਇਹਦੀ। ਸਾਡੇ ਭਾਅ ਜੀ ਤੰਦੂਰੀ ਡੋਲ 'ਚ ਪੈਂਦੀ ਆ, ਮੋਮੋਸਾਂ 'ਚ ਪੈਂਦੀ, ਚਾਂਪ 'ਚ ਪੈਂਦੀ ਆ, ਕਈ ਸਵੀਟ ਕੋਰਨ ਕਰੀਮ ਵੀ ਮੰਗਦੇ ਉਹ 'ਚ ਵੀ ਪੈਂਦੀ ਆ। ਇਹ ਸਾਡੀ ਬੀਬਾ ਦੀ 1000 ਸੋਸ, ਇਹ ਸੈਂਡਵਿਚ 'ਚ ਪੈਂਦੀ, ਬਰਗਰ 'ਚ ਪੈਂਦੀ ਆ, ਕ੍ਰੀਮਿਕਾ ਦੀ ਸੋਸ ਵਰਤੀ ਦੀ ਆ, ਬਾਦੀ ਮਿਓਨੀ ਸਾਡੀ ਸਰ, ਸਾਡੀ ਤੰਦੂਰੀ ਸੋਸ ਆ, ਇਹ ਅਸੀਂ ਘਰੇ ਬਣਾਈ ਦੀ ਆ। ਭਾਵੇਂ ਸਾਡੀ ਭਾਅ ਜੀ ਦੁਕਾਨ ਛੋਟੀ ਆ, ਪਰ ਆਪਾਂ ਚੀਜ਼ ਵਧੀਆ ਵਰਤੀ ਦੀ ਆ, ਬੀਬਾ ਦੀ ਆ, ਕੰਪਨੀ ਦੀ ਆ ਵਰਤੀ ਦੀ ਆ, ਮੂਲ ਦਾ ਵਰਤੀ ਦਾ ਆ, ਅਤੇ ਭਾਅ ਜੀ ਇੱਕ ਵਾਰੀ ਤੁਸੀਂ ਆਓ, ਜ਼ਰੂਰ ਟਰਾਈ ਕਰੋ। ਮਿਹਨਤ ਕਰਦਾ ਪਿਆ ਤਾਂ ਵਾਹਿਗੁਰੂ ਗੁਰੂ ਰਾਮਦਾਸ ਦੀ ਮਿਹਨਤ ਨੂੰ ਫਲ ਦਾ। ਗ੍ਰਿਲ ਸੈਂਡਵਿਚ ਹੈ, ਇਸਮੇ 5-6 ਤਰ੍ਹਾਂ ਕੀ ਜੋ ਵੈਜੀਟੇਬਲਸ ਹੈ ਵੋ ਡਾਲੀ ਗਈ ਹੈ, ਮਿਓਨੀਸ ਡਾਲੀ ਗਈ ਹੈ, ਇਸਕੇ ਸਾਥ ਇਨਕੀ ਤੰਦੂਰੀ ਸੋਸ ਰਹਿਤੀ ਹੈ ਵੋ ਡਾਲੀ ਗਈ ਹੈ, 2-3 ਤਰ੍ਹਾਂ ਕੇ ਮਸਾਲੇ ਹੈ। ਮਤਲਬ ਜੋ ਸਭਸੇ ਅੱਛੀ ਬਾਤ ਹੈ ਨਾ, ਇਸਕੀ ਫੀਲਿੰਗ ਦੇਖ ਸਕਤੇ ਹੋ ਆਪ, ਕੋਈ ਕੰਜੂਸੀ ਨਹੀਂ ਹੈ, ਇਤਨੀ ਅੱਛੇ ਪਿਆਰ ਕੇ ਸਾਥ ਗੋਪੀ ਭਾਈ ਬਣਾਤਾ ਹੈ ਨਾ, ਕਿ ਖਾਣੇ ਸੇ ਪਹਿਲੇ ਮੈਂ ਬਤਾ ਸਕਤਾ ਹੂੰ ਕਿ ਇਹ ਲਾਜਵਾਬ ਹੈ। ਥੈਂਕ ਯੂ ਭਾਅ ਜੀ। ਟੂ ਗੁੱਡ ਹੈ ਯਾਰ। ਥੈਂਕ ਯੂ ਭਾਅ ਜੀ। ਗੋਪੀ ਕਿਹਦੇ ਕੋਲ ਸਿੱਖਿਆ? ਬਸ ਇੱਦਾਂ ਭਾਅ ਜੀ। ਇੱਦਾਂ ਕਿੱਦਾਂ? ਇੱਦਾਂ ਹੀ ਜਿੱਦਾਂ ਵੇਖ ਵੇਖ ਕੇ ਜਾ ਚਾਹੀਦੀ। ਬਹੁਤ ਸਵਾਦ ਹੈ ਯਾਰ, ਬਹੁਤ ਅੱਛਾ ਹੈ। ਔਰ ਇਹ ਜੋ ਦੂਸਰੀ ਫੂਡ ਆਈਟਮ ਕਾਫੀ ਫੇਮਸ ਹੈ ਗੋਪੀ ਕੀ ਦੁਕਾਨ ਕੇ ਉੱਪਰ, ਵੋ ਹੈ ਇਨਕਾ ਤੰਦੂਰੀ ਸਪਰਿੰਗ ਰੋਲ। ਤੰਦੂਰੀ ਜੋ ਸੋਸ ਹੈ ਵੋ ਲਗਾਈ ਜਾਤੀ ਹੈ, ਮੇਯੋਨੀਜ਼ ਲਗਾਈ ਜਾਤੀ ਹੈ, 2-3 ਤਰ੍ਹਾਂ ਕੇ ਮਸਾਲੇ ਡਾਲੇ ਜਾਤੇ ਹੈਂ, ਔਰ ਕਿਆ ਭਾਈ? ਔਰ ਵੀ ਬਹੁਤ ਕੁਝ ਡਾਲਾ ਜਾਤਾ ਹੈ। ਔਰ ਯਾ ਵੋ ਆਪ ਟ੍ਰਾਈ ਕਰੋ। ਕਿਆ? ਔਰ ਚੈਨਲ ਸਬਸਕ੍ਰਾਈਬ ਕਰੋ, ਫੋਲੋ ਕਰੋ, ਵੀਡੀਓ ਲਾਈਕ ਕਰੋ। ਇਹ ਬਾਰ ਬਾਰ ਭਾਈ ਬੋਲ ਰਿਹਾ, ਚੈਨਲ ਸਬਸਕ੍ਰਾਈਬ ਕਰ ਲਓ ਔਰ ਕਰ ਲੈਣਾ ਯਾਰ, ਅਗਰ ਅੱਛਾ ਲੱਗੇਗਾ ਤਾਂ। ਯਾਰ ਗੋਪੀ ਬਹੁਤ ਸਵਾਦ ਆ ਯਾਰ। ਥੈਂਕ ਯੂ। ਮਤਲਬ ਮੇਰੇ ਕੋ ਇਸ ਚੀਜ਼ ਕੀ ਹੈਰਾਨੀ ਹੈ ਕਿ ਛੋਟੀ ਸੀ ਇਸਕੀ ਏਜ ਹੈ, 13 ਸਾਲ ਮੈਂ ਹੈ, 13 ਸਾਲ ਕੀ ਉਮਰ ਮੈਂ ਤੋ ਹਮ ਮਤਲਬ ਖੇਲਤੇ ਹੈ, ਕੂਦਤੇ ਹੈ, ਗਲਤੀਆਂ ਕਰਤੇ ਹੈ, ਲੇਕਿਨ ਇਹ ਬੱਚਾ ਇਤਨਾ ਮਤਲਬ ਸਕੂਲ ਜਾਤਾ ਹੈ, ਸਕੂਲ ਸੇ ਆਨੇ ਕੇ ਬਾਅਦ ਆਪਣੀ ਫੈਮਿਲੀ ਕੋ ਸਪੋਰਟ ਕਰ ਰਹਾ ਹੈ, ਟਿਊਸ਼ਨ ਜਾਤਾ ਹੈ, ਫਿਰ ਗੁਰਦੁਆਰਾ ਸਾਹਿਬ ਵੀ ਜਾਤਾ ਹੈ। ਦੇਖੀਏ ਯਾਰ ਗੋਪੀ, ਬਹੁਤ ਅੱਛਾ ਲੱਗਾ ਯਾਰ ਤੈਨੂੰ ਮਿਲ ਕੇ, ਤੁਸੀਂ ਬਹੁਤ ਵੱਡੀ ਮਿਸਾਲ ਦੇ ਰਹੇ ਹੋ, ਸਾਰਿਆਂ ਨੂੰ ਮਿਸਾਲ ਦਿੰਦੇ ਪਏ ਹੋ। ਥੈਂਕ ਯੂ। ਇਹ ਸਮਾਈਲ ਕਦੀ ਛੱਡਣੀ ਨਹੀਂ ਆਪਾਂ, ਹੈ ਨਾ? ਸਮਾਈਲ ਕਰ ਦਿਓ ਜੋਚ। ਇਹ ਦੇਖ ਲੀਜੀਏ ਭਾਈ ਸਾਹਿਬ, ਅਗਰ ਆਪਕੋ ਇਹ ਸਮਾਈਲ ਚਾਹੀਏ ਨਾ ਤਾਂ ਯਹਾਂ ਪੇ ਆਈਏਗਾ, ਖਾਈਏਗਾ, ਪਿਆਰ ਕੀ ਬਾਤੇਂ ਕੀਜੀਏਗਾ, ਇਸ ਬੱਚਾ ਬਹੁਤ ਪਿਆਰਾ ਬੱਚਾ ਹੈ। ਥੈਂਕ ਯੂ ਸੋ ਮਚ। ਅੰਮ੍ਰਿਤਸਰ ਸੁਲਤਾਨਵਿੰਡ ਰੋਡ ਭਾਅ ਜੀ, ਇੱਥੇ ਤੁਸੀਂ ਤੂੰ ਸਾਹਿਬ ਗੇਟ ਲਾਗੇ ਮੇਅਰ ਹੋਸਪਿਟਲ ਹੈ, ਅਤੇ ਉਹਦੇ ਲਾਗੇ ਤੁਸੀਂ ਭਾਅ ਜੀ ਅੰਦਰ ਜਦੋਂ ਮੁੜਨਾ ਪ੍ਰਤਾਪ ਨਗਰ ਨੂੰ, ਗੋਬਿੰਦ ਨਗਰ ਭਾਅ ਜੀ, ਨੀਅਰ ਖਾਲਸਾ ਡੇਅਰੀ, ਖਾਲਸਾ ਡੇਅਰੀ ਦੇ ਨਾਲ ਹੀ ਗਲੀ ਦੇ ਅੰਦਰ ਮੁੜਦੇ ਭਾਅ ਜੀ ਹੈਗੀ ਦੁਕਾਨ ਸਰ। ਜਦੋਂ ਤੁਸੀਂ ਖਾਲਸਾ ਡੇਅਰੀ ਲਾਗੇ ਖਲੋਣਾ ਨਾ ਭਾਅ ਜੀ, ਨੁੱਕਰ 'ਤੇ ਜਦੋਂ ਅੰਦਰ ਮੁੜਨਾ, ਉੱਥੇ ਤੁਹਾਨੂੰ ਸਾਡੀ ਇਹ ਦੁਕਾਨ ਦੀ ਲੋਕੇਸ਼ਨ ਸਮਝ ਆ ਜਾਏਗੀ ਭਾਅ ਜੀ।